ਪੰਜਾਬ ਦੇ ਬਹੁਤ ਹੀ ਵਿਰਾਸਤੀ ਘਰ ਦੇ ਵਿੱਚ ਹੈ। ਇਹ ਘਰ ਜਿੱਥੇ ਖੜੇ ਹਨ ਗੁਰਮੀਤ ਬਾਵਾ ਜੀ, ਜਿਹੜੇ ਪੰਜਾਬੀ ਸੰਗੀਤ ਦੇ, ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਨ। ਮੈਂ ਬੜੀ ਧੰਨਵਾਦੀ ਹਾਂ ਜੀ, ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ, ਮੈਨੂੰ ਨਹੀਂ ਸੀ ਪਤਾ ਬਈ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਦੇ। ਮੈਂ, ਮੇਰੀ ਪਤਨੀ, ਮੇਰੀ ਧੀ, ਮੇਰੀ ਮਾਂ ਇਕੱਠੇ ਬਹਿ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ, ਸਾਡੀਆਂ ਬੋਲੀਆਂ, ਸਾਡੇ ਵਿਆਹ ਸ਼ਾਦੀਆਂ ਦੇ ਗੀਤ, ਸਾਡਾ ਮਿਰਜ਼ਾ ਸਾਹਿਬਾਂ, ਜੁਗਨੀ, ਹੀਰ ਰਾਂਝਾ, ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ ਬਾਵਾ ਜੀ ਨੇ ਗੀਤ ਗਾਏ। ਪੈਸਾ ਨਹੀਂ ਚਾਹੁੰਦੀ ਆ ਭਾਜੀ, ਮੈਂ ਚਾਹੁੰਦੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂ, ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ। ਵੀ ਲੱਚਰ ਗਾਇਕੀ ਨਹੀਂ ਕਰਨੀ, ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮਾੜਾ ਮੋਟਾ ਬਚ ਜਾਵੇ। ਇਸ ਵੇਲੇ ਮੇਰੇ ਨਾਲ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ, ਅੰਮ੍ਰਿਤਸਰ ਦੇ ਡੀਸੀਪੀ ਸਾਹਿਬ, ਅਸੀਂ ਪੰਜਾਬ ਦੇ ਬਹੁਤ ਹੀ ਵਿਰਾਸਤੀ ਘਰ ਦੇ ਵਿੱਚ ਹੈ। ਇਹ ਘਰ ਜਿੱਥੇ ਖੜੇ ਹਨ ਗੁਰਮੀਤ ਬਾਵਾ ਜੀ, ਜਿਹੜੇ ਪੰਜਾਬੀ ਸੰਗੀਤ ਦੇ, ਪੰਜਾਬੀ ਗਾਇਕੀ ਦੇ ਅਨਮੋਲ ਸਰਮਾਇਆ ਸਨ, ਜਿਨ੍ਹਾਂ ਦੀ ਗਾਇਕੀ ਮੈਂ, ਮੇਰੀ ਪਤਨੀ, ਮੇਰੀ ਧੀ, ਮੇਰੀ ਮਾਂ ਇਕੱਠੇ ਬਹਿ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ, ਸਾਡੀਆਂ ਬੋਲੀਆਂ, ਸਾਡੇ ਵਿਆਹ ਸ਼ਾਦੀਆਂ ਦੇ ਗੀਤ, ਸਾਡਾ ਮਿਰਜ਼ਾ ਸਾਹਿਬਾਂ, ਜੁਗਨੀ, ਹੀਰ ਰਾਂਝਾ, ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ ਬਾਵਾ ਜੀ ਨੇ ਗੀਤ ਗਾਏ। ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ। ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਸਾਡੀ ਛੋਟੀ ਭੈਣ ਨੇ, ਜਿਹੜੀ ਗੁਰਮੀਤ ਬਾਵਾ ਜੀ ਦੀ ਬੇਟੀ ਨੇ, ਇਹਨਾਂ ਨੇ ਪੋਸਟ ਪਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ। ਔਰ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣੇ ਆ। ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ 'ਚ 5 ਸਾਲਾਂ 'ਚ ਗੁਰਮੀਤ ਬਾਵਾ ਜੀ ਆਪ ਗਏ, ਉਹਨਾਂ ਦੀ ਬੇਟੀ ਲਾਚੀ ਬਾਵਾ ਬਹੁਤ ਵਧੀਆ ਗਾਉਂਦੀ ਸੀਗੀ, ਉਹ ਵੀ ਗਏ। ਕਿਰਪਾਲ ਬਾਵਾ ਜੀ ਸਾਡੇ ਵੱਡੇ ਭਾਈ ਸੀਗੇ, ਉਹ ਵੀ ਚਲੇ ਗਏ। ਇਸ ਵੇਲੇ ਗਲੋਰੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ, ਇਹਨਾਂ ਦੇ ਆਪਣਾ ਪਰਿਵਾਰ, ਇਹ ਇਕੱਲੇ ਆ, ਇਹਨਾਂ ਕੋਈ ਰੋਟੀ ਦਾ ਸਾਧਨ ਨਹੀਂ ਹੈ। ਔਰ ਇਹਨਾਂ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ, ਇਹ ਘਰ ਦੇ ਨਾਲ ਇਹਨਾਂ ਦੀਆਂ 5 ਦੁਕਾਨਾਂ। ਸੱਚੀ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਕਿ ਆਪਾਂ ਏਡੇ ਵੱਡੇ ਸੰਗੀਤ, ਇੰਨਾ ਵੱਡੀ ਗਾਇਕਾ ਦਾ, ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ, ਉਹ ਕੁਛ ਮੇਰੇ ਭਰਾਵਾਂ ਨੇ ਬਾਹਰ ਜਿਹੜੀਆਂ ਦੱਬੀਆਂ, ਨਾ ਉਹ ਕਿਰਾਇਆ ਦਿੰਦੇ ਆ, ਨਾ ਉਹ ਮੋਲੀ ਲੈਂਦੇ ਆ,
ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਰਹੀ ਹੈ ਯਾਰ, ਸਾਡੇ ਇੱਧਰ ਪਤਾ ਨੀ ਸਾਡਾ ਅੰਦਰ ਹੀ ਖਤਮ ਹੋ ਗਿਆ। ਮੈਂ ਤੇ ਹਿਸਾਬ ਲਾਉਂਦਾ ਜਦੋਂ ਮੈਂ ਏਦਾਂ ਦੀਆਂ ਘਟਨਾਵਾਂ ਤੇ ਜਾਂਦਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀਗੇ, ਕਿੱਥੇ ਪਹੁੰਚ ਗਏ ਯਾਰ। ਆਪਾਂ ਪੰਜਾਬੀ ਆ, ਪੰਜਾਬ ਬਾਬੇ ਬੁੱਲੇ ਸ਼ਾਹ ਦੇ, ਪੰਜਾਬ ਦੇ ਆਪਾਂ ਵਾਸ ਸ਼ਾਹ ਦੇ, ਹਾਸ਼ਮ ਸ਼ਾਹ ਦੇ ਪੰਜਾਬ, ਜਿਨ੍ਹਾਂ ਨੇ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਗੁਰਮੀਤ ਬਾਵਾ, ਜਮਲਾ ਜੱਟ ਸਾਡੇ ਰੂਹ ਦੀਆਂ ਖੁਰਾਕਾਂ ਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ੇ ਕਰ ਰਹੇ। ਇਹ ਇਹ ਜਾਣ ਕੇ ਬਹੁਤ ਦੁੱਖ ਹੋਇਆ। ਸੋ ਜਦੋਂ ਗਲੋਦੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਰਦਾਸ ਹੋਇਆ। ਮੇਰੇ ਕੁਛ ਦੋਸਤ ਨੇ ਕੈਨੇਡਾ ਅਮਰੀਕਾ, ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜ਼ਿਆਦਾ ਦੇਖੋ ਕੀ ਬਣ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆਂ। ਤੇ ਕਿਉਂਕਿ ਗੁਰਮੀਤ ਬਾਵਾ ਜੀ ਨਾਲ ਮੇਰੇ ਬਹੁਤ ਬਹੁਤ ਹੀ ਨੇੜੇ ਦੇ, ਉਹ ਮੇਰੀ ਵੱਡੀ ਭੈਣ ਸੀਗੀ, ਬਹੁਤ ਸੰਬੰਧ ਸੀਗੇ। ਕਿਉਂਕਿ ਮੈਂ, ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ 'ਚ ਹੋਇਆ, ਜਗਦੇਵ ਕਲਾਂ 'ਚ। ਅਸੀਂ 90 ਦੇ ਵਿੱਚ ਉੱਥੇ ਸੱਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗੁਰਮੀਤ ਬਾਵਾ ਜੀ ਉਸ ਮੇਲੇ ਦੀ ਮੋਢੀ ਸੀਗੀ। ਹਰ ਮੇਲੇ 'ਤੇ ਜਦੋਂ ਮੇਲਾ ਲੱਗਦਾ ਸੀ ਬਾਵਾ ਜੀ ਉੱਥੇ ਜਾਂਦੇ ਸੀਗੇ। ਅਤੇ ਮੇਰੇ ਪਰਿਵਾਰ ਦੇ ਨਾਲ ਵੀ, ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ। ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛਡਾਏ, ਸਭ ਕੁਛ ਕੀਤਾ ਤੇ ਸਾਡੇ ਜੇ ਅੱਜ ਆਰਟਿਸਟਾਂ ਦੀਆਂ ਜਾਇਦਾਦਾਂ ਦੱਬੀਆਂ ਜਾ ਰਹੀਆਂ, ਇਹ ਬਹੁਤ ਦੁੱਖ ਹੈ। ਔਰ ਮੈਂ ਉਸੇ ਲਈ, ਸਾਡੇ DC ਸਾਹਿਬ ਅੰਮ੍ਰਿਤਸਰ ਬਹੁਤ ਚੰਗੇ ਇਨਸਾਨ ਨੇ, ਇਹਨਾਂ ਨਾਲ ਸਲਾਹ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਜਿਹਾ, ਮਹੱਤਰ ਜਿਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ 1,00,000 ਰੁਪਈਆ ਤਨਖਾਹ ਆ, ਜੇ ਮਿਨਿਸਟਰ 1,00,000 ਸ਼ਾਇਦ 5,000 ਰੁਪਈਆ ਬੰਦਾ, ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਗਲੋਦੀ ਨੂੰ ਆਪਾਂ ਦੇ ਕੇ ਆਉਂਦੇ ਹਾਂ। ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਕਿ ਭਾਜੀ ਤੁਸੀਂ ਵੀ ਜਿਹੜਾ 1,00,000 ਰੁਪਈਏ ਦਾ ਪ੍ਰਬੰਧ ਕਰੋ। ਇਹਨਾਂ ਨੇ ਕੀਤਾ ਰੈੱਡ ਕਲਾਸ ਦੇ ਵਿੱਚੋਂ। ਸੋ ਅੱਜ ਅਸੀਂ 2,00,000 ਦੀ ਜਿਹੜੀ ਇਹਨਾਂ ਦੀ ਮਦਦ ਕਰਨ ਆਏ ਹਾਂ। ਇੱਕ ਮੈਂ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ, ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ, ਜਿਹੜੇ ਦੁਨੀਆਂ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ, ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ। ਔਰ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ, ਸਾਡੇ ਕੋਲ ਗੁਰਦਾਸ ਮਾਨ ਜੀ ਨੇ, ਸਾਡੇ ਕੋਲ ਹਰਸਰਾਜ ਅੰਸਰੀ ਨੇ, ਹਰਭਜਨ ਮਾਨ ਜੀ ਨੇ, ਵਾਸ ਭਰਾ ਨੇ, ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂਝ ਇਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਹੈ, ਔਰ ਬਾਵੇ ਹੋਣੀ, ਰਣਜੀਤ ਹੋਣੀ, ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ। ਇਹ ਉਹ ਆਰਟਿਸਟ ਸੀਗੇ ਵਿਚਾਰੇ ਜਿਹੜੇ 10,000 ਤੇ ਪ੍ਰੋਗਰਾਮ ਲਾਉਂਦੇ ਸੀ, 15,000 ਤੇ, 20,000 ਤੇ। ਇਹ ਇਹ ਵਿਚਾਰੇ ਪੁਰਾਣੇ ਸਿੰਗਰ ਜਿੱਦਾਂ ਮੁਹੰਮਦ ਸਦੀਕ ਜੀ, ਇਹ ਪੁਰਾਣੇ ਲੋਕ ਸੀਗੇ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਯਾਰ ਇੱਦਾਂ ਦਾ ਕੁਛ ਮਤਲਬ ਤੁਹਾਨੂੰ ਕਰਨਾ ਚਾਹੀਦਾ, ਇੱਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਰ ਆ, ਜਾਂ ਨਵਾਂ ਵੀ ਸਿੰਗਰ ਕੋਈ ਅੱਜ ਧਰਤੀ ਤੋਂ ਚਲਿਆ ਜਾਂਦਾ ਤੇ ਉਹਦਾ ਪਰਿਵਾਰ, ਉਹਦੇ ਬੱਚੇ ਪਿੱਛੋਂ ਧੱਕਾ ਨਾ ਖਾਣ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ, ਉਹ ਨਾਲ ਤੁਹਾਡੇ ਥਰੂ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਨੂੰ, ਆਹ ਦੇਖੋ ਮੇਰੇ ਹੱਥ ਦੇਖਿਓ, ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ, ਅਪੀਲ ਕਰਨੀ ਚਾਹੁੰਦਾ, ਯਾਰ ਤਰਸ ਕਰੋ, ਤੁਹਾਡੇ ਵੀ ਘਰਾਂ 'ਚ, ਸਾਡੇ ਵੀ ਘਰਾਂ ਦੇ ਵਿੱਚ ਕੱਲ੍ਹ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ। ਤੁਹਾਡੇ ਘਰਾਂ 'ਚ ਤੁਸੀਂ ਐਡੇ ਵੱਡੇ ਆਰਟਿਸਟ ਦੀਆਂ ਦੁਕਾਨਾਂ ਮੱਲ ਕੇ ਬੈਠੇ ਹੋ, ਤੁਹਾਨੂੰ ਆਪਣੇ ਆਪ 'ਚ ਜਿਹੜੀ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਹੇ ਪਏ ਹੋ, ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ, ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗੁਰਮੀਤ ਬਾਵਾ ਦੀਆਂ ਦੁਕਾਨਾਂ ਮੱਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖਵਾਉਂਦੇ ਹਾਂ, ਕੀ ਦੱਸੋਗੇ ਆਪਣੇ ਬੱਚਿਆਂ ਨੂੰ।
ਅਸੀਂ ਤੇ ਆਪਣੇ ਬੱਚਿਆਂ ਨੂੰ ਗੁਰਮੀਤ ਬਾਵਾ ਦੇ, ਸੁਰਿੰਦਰ ਕੌਰ ਦੇ, ਪ੍ਰਕਾਸ਼ ਕੌਰ ਦੇ ਗੀਤ ਸੁਣਾਉਂਦੇ ਆ ਕਿ ਇਹ ਸਾਡਾ ਪੁਰਾਣਾ ਸੰਗੀਤ ਆ, ਸਾਡੀ ਲੋਕ ਗਾਇਕੀ ਆ, ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸਦੇ ਹੋਗੇ ਕਿ ਅਸੀਂ ਗੁਰਮੀਤ ਬਾਵਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਰੋਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਨੇ? ਮੇਰੀ ਉਹਨਾਂ ਨੂੰ ਬੇਨਤੀ ਆ, ਮੈਂ DCP ਸਾਹਿਬ ਆਲਮ ਸਾਹਿਬ ਨੂੰ ਨਾਲ ਲੈ ਕੇ ਆਇਆ, ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਦਾ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਦੇਖੋ। ਅਸੀਂ ਕਾਨੂੰਨੀ ਤੌਰ ਤੇ, ਸਰ ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨੀ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ, ਮਾਨ ਸਾਹਿਬ ਖੁਦ ਇਸ ਪਰਿਵਾਰ ਨਾਲ ਬੜਾ ਪਿਆਰ ਕਰਦੇ, ਮੇਰੇ ਨਾਲ ਉਹ ਦੋ ਵਾਰ ਆਏ ਚੀਫ ਮਿਨਿਸਟਰ ਬਣਨ ਤੋਂ ਪਹਿਲਾਂ, ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਗੁਰਮੀਤ ਬਾਵਾ ਜੀ ਦਾ। ਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਗਲੌਰੀ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਵਗੈਰਾ ਮਿਲਦੀ ਹੋਵੇ ਉਹ ਵੀ ਕਰਾਂਗੇ। ਪਰ ਸਰ ਮੈਂ ਤੁਹਾਡੇ ਥਰੂ ਇਹ ਕਹਿਣਾ ਚਾਹੁੰਦਾ, ਮੈਂ ਔਰ ਸਰਕਾਰ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ, ਕਿਸੇ ਵੀ ਹਾਲਤ ਦੇ ਵਿੱਚ, ਸਰ ਕਿਸੇ ਵੀ ਹਾਲਤ ਦੇ ਵਿੱਚ ਗੁਰਮੀਤ ਬਾਵਾ ਜੀ ਦੀ ਪ੍ਰੋਪਰਟੀ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦਿਆਂਗੇ, ਭਾਵੇਂ ਜੋ ਮਰਜ਼ੀ ਹੋਵੇ। ਔਰ ਅਸੀਂ ਕਾਨੂੰਨੀ ਤੌਰ ਤੇ, ਅੱਜ ਤੇ ਅਸੀਂ ਹੱਥ ਜੋੜਦੇ ਹਾਂ, ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ, ਭਾਈ ਤਰਸ ਕਰੋ, ਤਰਸ ਨਾਂ ਦੀ ਕੋਈ ਚੀਜ਼ ਹੈਗੀ ਆ? ਤੁਸੀਂ ਸਿਰੇ ਮੰਦਰਾਂ ਚ ਜਾਂਦੇ ਹੋ, ਗੁਰਦੁਆਰਿਆਂ ਚ ਜਾਂਦੇ ਹੋ ਯਾਰ, ਪਾਠ ਪੂਜਾ ਕਰਦੇ ਹੋ, ਤੁਸੀਂ ਕੁਝ ਤਰਸ ਕਰੋ ਇਸ ਪਰਿਵਾਰ ਦੇ ਉੱਤੇ, ਬੱਚਿਆਂ ਤੇ ਤਰਸ ਕਰੋ, ਉਹਨਾਂ ਦੇ ਦੋਹਤਿਆਂ ਤੇ ਤਰਸ ਕਰੋ ਤੁਸੀਂ, ਉਹ ਵਿਚਾਰੇ ਰੋਟੀ ਤੋਂ ਭੁੱਖੇ ਤੇ ਆਪਾਂ ਉਹਨਾਂ ਦੀ ਜਾਇਦਾਦ ਮੱਲ ਕੇ ਬੈਠੇ ਹੋ। ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਰਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦੁਕਾਨਾਂ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਉਹ ਛੁਡਾਇਆ ਜਾ ਸਕੇ। ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ। ਮੈਂ ਦੁਨੀਆ ਭਰ ਵਿੱਚ ਵੱਸਦੇ NRI ਵੀਰਾਂ ਨੂੰ ਬੇਨਤੀ ਕਰੂੰਗਾ ਕਿ ਯਾਰ ਤੁਸੀਂ ਵੀ ਗਲੋਰੀ ਦੀ ਜੋ ਜੋ ਮਦਦ ਕਰ ਸਕਦੇ ਹੋ ਜ਼ਰੂਰ ਕਰੋ। ਸਾਡਾ ਇਹ ਪਰਿਵਾਰ ਹੈ, ਇਸ ਪਰਿਵਾਰ ਨੂੰ ਭੁੱਖੇ ਨਹੀਂ ਮੰਨ ਦੇਣਾ ਆਪਾਂ, ਇਹਨਾਂ ਦੀਆਂ ਬੱਚੀਆਂ ਨੂੰ ਪੜ੍ਹਾਉਣਾ। ਇਹ ਆਪ ਵੀ ਗਾਉਂਦੀ ਆ ਬਹੁਤ ਵਧੀਆ, ਇਹ ਵਧੀਆ ਆਪ ਗਾ ਲੈਂਦੀ, ਅੱਛਾ ਗਾਉਂਦੀ ਆ। ਤੇ ਅੱਜ ਕੱਲ੍ਹ ਚਲੋ ਗਾਇਕੀ ਦਾ ਥੋੜਾ ਸਰੂਪ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀਆਂ, ਉਸ ਲੈਵਲ ਦੇ ਨਹੀਂ ਆਰਟਿਸਟ, ਪਰ ਇਹ ਲੋਕ ਗਾਇਕੀ ਜਿਹੜੀ ਉਹਦੇ ਮਦਈ ਆ। ਸੋ ਇਹ ਜਿਹੜਾ ਘਰ ਹੈ ਲੋਕ ਗਾਇਕੀ ਦਾ ਇੱਕ ਘਰ ਹੈ। ਆ ਤੁਸੀਂ ਦੇਖਿਆ ਕਿਹੜੇ ਕਿਹੜੇ ਵੱਡੇ ਮਾਨ ਸਨਮਾਨ ਲੱਗੇ ਬਾਵਾ ਜੀ ਦੇ। ਸੋ ਮੈਂ ਤੁਹਾਡੇ ਥਰੂ ਦੁਕਾਨਦਾਰਾਂ ਨੂੰ ਬੇਨਤੀ ਕਰੂੰ, ਭਾਈ ਅਪੀਲ, ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਿਰਾਇਆ ਸੈੱਟ ਕਰ ਲਓ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਰ ਦੇਣੀਆਂ ਚਾਹੀਦੀਆਂ। ਮੈਂ ਉਹਨਾਂ ਨੂੰ ਅਪੀਲ ਹੀ ਕਰਨਾ ਆਇਆ ਅੱਜ ਤੇ, ਫਿਰ ਅਸੀਂ ਆਪਣੇ ਸਰਕਾਰੀ ਤੌਰ ਤੇ ਕਾਨੂੰਨੀ ਤੌਰ ਤੇ ਆਪਾਂ ਸਾਰੇ ਪੱਖ ਵਾਚ ਕੇ ਤੇ ਮਤਲਬ ਸਖ਼ਤ ਕਾਰਵਾਈ ਕਰਾਂਗੇ ਕਿਸੇ ਨੂੰ ਵੀ, ਕਿਸੇ ਵੀ ਆਰਟਿਸਟ ਦੀ, ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿੱਛੇ, ਅੱਜ ਤੋਂ ਥੋੜਾ ਸਾਲ ਡੇਢ ਸਾਲ ਪਹਿਲਾਂ ਤੁਹਾਨੂੰ ਪਤਾ ਨਾਟਕਕਾਰ ਸਰਦਾਰ ਗੁਰਸ਼ਨ ਸਿੰਘ ਹੋਣਾ ਦਾ ਘਰ ਤੋੜਦੇ ਲੱਗੇ ਸੀਗੇ, ਉਦੋਂ ਮੈਂ DC ਸਾਹਿਬ ਨੂੰ ਕਹਿ ਕੇ, ਪਹਿਲੇ DC ਸੀਗੇ ਉਦੋਂ, ਉਹਨਾਂ ਨੂੰ ਮੈਂ ਕਹਿ ਕੇ ਉਹ ਘਰ ਜਿਹੜਾ ਸਰਦਾਰ ਗੁਰਸ਼ਨ ਸਿੰਘ ਜੀ ਦਾ ਬਚਾਇਆ, ਕਿ ਏਡੇ ਵੱਡੇ ਨਾਟਕਕਾਰ ਦਾ ਯਾਰ ਘਰ ਤੁਸੀਂ ਤੋੜਦੇ ਲੱਗੇ ਹੋ। ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰੋਪਰਟੀ ਜਿਹੜੀ ਉਹ ਖਰਾਬ ਨਹੀਂ ਹੋਣ ਦੇਵਾਂਗੇ। ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੂੰ ਤਕੜੀ ਹੋ, ਸਾਰੇ ਨਾਲ ਨੇ, ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ, ਸਰਕਾਰ ਨਾਲ ਆ, ਅਸੀਂ ਜਾਤੀ ਤੌਰ ਤੇ ਨਾਲ ਆ, ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ। ਮੈਂ ਬੜੀ ਧੰਨਵਾਦੀ ਹਾਂ ਜੀ, ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ, ਮੈਨੂੰ ਨਹੀਂ ਸੀ ਪਤਾ ਬਈ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ, ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਉਹਨਾਂ ਦੀ ਕਿ ਉਹਨਾਂ ਨੇ ਆ ਕੇ ਮੇਰੀ, ਮੈਂ ਵਿੱਤੀ ਮਦਦ, ਮਤਲਬ ਮੈਂ ਪੈਸਾ ਨਹੀਂ ਚਾਹੁੰਦੀ ਹਾਂ ਭਾਜੀ, ਮੈਂ ਚਾਹੁੰਦੀ ਮੈਨੂੰ ਕੰਮ ਦਿੱਤਾ ਜਾਵੇ।
ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚਿਆਂ ਨੂੰ ਪਾਲ ਸਕਾਂ। ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ, ਮੈਂ ਉਹਨਾਂ ਨੂੰ ਪਾਲ ਸਕਾਂ। ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿਲ ਹੈ ਕਿ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ, ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ ਹੈ ਸਾਰੇ ਪੰਜਾਬੀਆਂ ਨੂੰ, ਪੰਜਾਬ ਨੂੰ ਤੇ ਬਾਹਰ ਰਹਿੰਦੇ ਲੋਕਾਂ ਨੂੰ, ਕਿ ਮੈਨੂੰ ਕੰਮ ਦਿੱਤਾ ਜਾਵੇ। ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ, ਮੈਂ ਉਸ ਗਾਇਕੀ ਨੂੰ ਅੱਗੇ ਵਧਾਉਣ ਦੇ ਵਿੱਚ ਕਮਰ ਕੱਸੇ ਹੋਏ ਨੇ, ਵੀ ਲੱਚਰ ਗਾਇਕੀ ਨਹੀਂ ਕਰਨੀ, ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ, ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮਾੜਾ ਮੋਟਾ ਬਚ ਜਾਵੇ। ਮੈਂ ਇਸ ਕਰਕੇ ਮੈਂ ਲੋਕਾਂ ਨੂੰ ਇਹੀ ਗੁਹਾਰ ਲਾਉਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਕੰਮ ਦਿਓ, ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹੁੰਦੀ ਹਾਂ। ਥੈਂਕ ਯੂ। ਬਿਲਕੁਲ ਜੀ, ਮੈਨੂੰ ਹੁਣ ਪੂਰੀ ਉਮੀਦ ਹੈ, ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪਿਊਟ ਹੈ ਕਿ ਉਹ ਦੁਕਾਨਾਂ ਨਹੀਂ ਛੱਡ ਰਹੇ, ਦੁਕਾਨਾਂ ਕੈਪਚਰ ਕਰਕੇ ਬੈਠੇ ਨੇ, ਹੁਣ ਧਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ। ਮੈਂ ਹੁਣ ਥੋੜ੍ਹੀ ਕਹਿੰਦੇ ਨਾ ਸਾਹ 'ਚ ਸਾਹ ਆਉਣਾ ਕਿ ਹੁਣ ਮੈਨੂੰ ਥੋੜ੍ਹੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਛ ਹੋਏਗਾ ਦੁਕਾਨਾਂ ਬਾਰੇ। ਸਾਰੇ ਜੀ ਮੇਰੇ ਤਿੰਨ ਭੈਣਾਂ ਅਸੀਂ ਸੀ, ਇੱਕ ਦੀ ਡੈਥ ਹੋ ਗਈ ਹੈ ਅਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਹੀ ਨੇ, ਸਭ ਨੂੰ ਮੈਂ ਦੇਖ ਰਹੀ ਹਾਂ।